ਅੱਜ ਅਸੀਂ ਤੁਹਾਨੂੰ ਕਰਾਉਣ ਜਾ ਰਹੇ ਹਾਂ ਪਿਕਚਰ ਪੇਂਟ ਡਰਾਇੰਗ ਡੇਟ ਐਂਡ ਟਾਈਮ ਇਨਸਰਟ ਆਬਜੈਕਟ ਫਾਈਂਡ ਰਿਪਲੇਸ ਸਿਲੈਕਟ ਆਲ। ਹੁਣ ਸਾਡੇ ਕੋਲ ਨੈਕਸਟ ਆਪਸ਼ਨ ਹੈ ਪਿਕਚਰ। ਵਰਡ ਪੈਡ ਵਿੱਚ ਅਗਰ ਅਸੀਂ ਕੋਈ ਪਿਕਚਰ ਇਨਸਰਟ ਕਰਾਉਣੀ ਹੋਵੇ ਤਾਂ ਅਸੀਂ ਪਿਕਚਰ ਆਪਸ਼ਨ ਦੀ ਮਦਦ ਨਾਲ ਪਿਕਚਰ ਐਡ ਕਰਵਾ ਸਕਦੇ ਹਾਂ। ਉਦਾਹਰਨ ਵਜੋਂ ਅਸੀਂ ਇਸ ਪਿਕਚਰ ਨੂੰ ਐਡ ਕਰਾਵਾਂਗੇ। ਇਸ ਤਰੀਕੇ ਨਾਲ ਪਿਕਚਰ ਦੇ ਵਿੱਚ ਕਲਿੱਕ ਕਰਕੇ ਅਸੀਂ ਕਿਸੇ ਵੀ ਪਿਕਚਰ ਨੂੰ ਵਰਡ ਪੈਡ ਦੇ ਵਿੱਚ ਇਨਸਰਟ ਕਰਵਾ ਸਕਦੇ ਹਾਂ। ਜਦੋਂ ਤੁਸੀਂ ਪਿਕਚਰ ਦੇ ਉੱਤੇ ਕਲਿੱਕ ਕਰੋਗੇ ਤਾਂ ਤੁਹਾਡੇ ਸਾਹਮਣੇ ਸਾਈਨ ਆ ਜਾਣਗੇ, ਜਿਸ ਨਾਲ ਤੁਸੀਂ ਬਿਲਕੁਲ ਕੋਰਨਰ ਤੋਂ ਕਲਿੱਕ ਕਰਨ ਤੋਂ ਅਗਰ ਤੁਸੀਂ ਪਿਕਚਰ ਦਾ ਸਾਈਜ਼ ਛੋਟਾ ਕਰਨਾ ਹੈ ਤਾਂ ਤੁਸੀਂ ਛੋਟਾ ਕਰ ਸਕਦੇ ਹੋ। ਅਤੇ ਇਸ ਦੇ ਨਾਲ ਤੁਸੀਂ ਅਗਰ ਕੋਈ ਟੈਕਸਟ ਲਿਖਣਾ ਤਾਂ ਟੈਕਸਟ ਵੀ ਲਿਖ ਸਕਦੇ ਹੋ ਪਿਕਚਰ ਲਗਾ ਕੇ। ਇਸ ਤਰੀਕੇ ਨਾਲ ਅਸੀਂ ਕੋਈ ਵੀ ਪਿਕਚਰ ਆਪਸ਼ਨ ਦੀ ਮਦਦ ਨਾਲ ਐਡ ਕਰ ਸਕਦੇ ਹਾਂ। ਨੈਕਸਟ ਸਾਡੇ ਕੋਲ ਆਪਸ਼ਨ ਹੈ ਪੇਂਟ ਡਰਾਇੰਗ। ਪੇਂਟ ਡਰਾਇੰਗ ਆਪਸ਼ਨ ਦੀ ਮਦਦ ਨਾਲ ਅਸੀਂ ਪੇਂਟ ਦੇ ਵਿੱਚ ਕੋਈ ਚੀਜ਼ ਤਿਆਰ ਕਰਕੇ ਉਸਨੂੰ ਇਮੇਜ ਨੂੰ ਬਣਾ ਕੇ ਅਸੀਂ ਉਸਨੂੰ ਵਰਡ ਪੈਡ ਦੇ ਵਿੱਚ ਲਿਆ ਸਕਦੇ ਹਾਂ। ਨੈਕਸਟ ਸਾਡੇ ਕੋਲ ਆਪਸ਼ਨ ਹੈ ਡੇਟ ਐਂਡ ਟਾਈਮ ਦੀ। ਡੇਟ ਐਂਡ ਟਾਈਮ ਨਾਲ ਜਿਸ ਤਰੀਕੇ ਨਾਲ ਵੀ ਅਸੀਂ ਕੋਈ ਫਾਰਮੈਟ ਲੈਣਾ ਹੋਵੇ, ਡੇਟ ਐਂਡ ਟਾਈਮ ਦਾ ਫਾਰਮੈਟ ਤਾਂ ਅਸੀਂ ਡੇਟ ਐਂਡ ਟਾਈਮ ਦਾ ਫਾਰਮੈਟ ਲੈ ਸਕਦੇ ਹਾਂ। ਅਗਰ ਤੁਸੀਂ ਮੰਥ ਪਹਿਲਾਂ ਲੈਣਾ ਹੋਵੇ ਮੰਥ ਪਹਿਲਾਂ ਲੈ ਸਕਦੇ ਹੋ, ਅਗਰ ਤੁਸੀਂ ਈਅਰ ਪਹਿਲਾਂ ਲੈਣਾ ਹੋਵੇ ਤਾਂ ਤੁਸੀਂ ਈਅਰ ਪਹਿਲਾਂ ਲੈ ਸਕਦੇ ਹੋ। ਨੈਕਸਟ ਸਾਡੇ ਕੋਲ ਆਪਸ਼ਨ ਹੈ ਇਨਸਰਟ ਓਬਜੈਕਟ। ਇਨਸਰਟ ਓਬਜੈਕਟ ਦੀ ਮਦਦ ਨਾਲ ਜੋ ਫਾਈਲਾਂ ਸਾਨੂੰ ਸ਼ੋ ਹੋ ਰਹੀਆਂ ਨੇ ਲਾਈਕ ਕੋਰਲ ਡਰਾ, ਮਾਈਕਰੋਸਾਫਟ ਐਕਸਲ, ਮਾਈਕਰੋਸਾਫਟ ਪਾਵਰ ਪੁਆਇੰਟ, ਮਾਈਕਰੋਸਾਫਟ ਵਰਡ ਡਾਕੂਮੈਂਟ, ਮਾਈਕਰੋਸਾਫਟ ਵਰਡ ਪਿਕਚਰ ਨੂੰ ਅਸੀਂ ਇਨਸਰਟ ਓਬਜੈਕਟ ਦੀ ਮਦਦ ਨਾਲ ਇਸ ਵਿੱਚ ਐਡ ਕਰਵਾ ਸਕਦੇ ਹਾਂ। ਹੁਣ ਅਸੀਂ ਤੁਹਾਨੂੰ ਨੈਕਸਟ ਆਪਸ਼ਨ ਕਰਾਉਣ ਲੱਗੇ ਹਾਂ ਫਾਈਂਡ ਰਿਪਲੇਸ ਅਤੇ ਸਿਲੈਕਟ ਆਲ। ਅਸੀਂ ਫਾਈਂਡ ਆਪਸ਼ਨ ਦੇ ਵਿੱਚ ਕਿਸੇ ਵੀ ਅੱਖਰ ਨੂੰ ਫਾਈਂਡ ਕਰ ਲਈ, ਉਸ ਅੱਖਰ ਨੂੰ ਪਹਿਲਾਂ ਫਾਈਂਡ ਆਪਸ਼ਨ ਦੇ ਵਿੱਚ ਟਾਈਪ ਕਰਦੇ ਹਾਂ, ਫਿਰ ਅਸੀਂ ਫਾਈਂਡ ਨੈਕਸਟ 'ਤੇ ਕਲਿੱਕ ਕਰਦੇ ਹਾਂ। ਤੁਸੀਂ ਦੇਖਿਆ ਜਿਉਂ ਹੀ ਮੈਂ ਫਾਈਂਡ ਨੈਕਸਟ 'ਤੇ ਕਲਿੱਕ ਕੀਤਾ ਤਾਂ ਈਟ ਆਪਸ਼ਨ ਆਟੋਮੈਟਿਕਲੀ ਹਾਈਲਾਈਟ ਹੋ ਗਿਆ। ਹੁਣ ਇਸ ਤੋਂ ਬਾਅਦ ਨੈਕਸਟ ਸਾਡੇ ਕੋਲ ਆਪਸ਼ਨ ਹੈ ਰਿਪਲੇਸ ਦੀ। ਇੱਥੇ ਕੋਈ ਵਰਡ ਹੈ ਲਾਈਕ ਅਸੀਂ ਵਿਸ਼ ਨੂੰ ਚੇਂਜ ਕਰਨਾ ਚਾਹੁੰਦੇ ਹਾਂ ਪ੍ਰੇ ਦੇ ਵਿੱਚ, ਤਾਂ ਜਦੋਂ ਅਸੀਂ ਰਿਪਲੇਸ ਆਪਸ਼ਨ ਦਾ ਇਸਤੇਮਾਲ ਕਰਨਾ ਹੋਵੇ ਤਾਂ ਜਿਸ ਵਰਡ ਨੂੰ ਅਸੀਂ ਬਦਲਣਾ ਹੋਵੇ ਉਸਨੂੰ ਉੱਪਰਲੀ ਸਾਈਡ, ਤਾਂ ਰਿਪਲੇਸ ਵਿਦ ਕਿਸ ਵਰਡ ਨਾਲ ਅਸੀਂ ਚੇਂਜ ਕਰਨਾ ਹੈ ਉਸ ਵਰਡ ਨੂੰ ਅਸੀਂ ਨੀਚੇ ਰਿਪਲੇਸ ਵਿਦ ਵਾਲੀ ਆਪਸ਼ਨ ਦੇ ਵਿੱਚ ਲਿਖਾਂਗੇ। ਰਿਪਲੇਸ 'ਤੇ ਕਲਿੱਕ ਕਰਾਂਗੇ, ਤੁਸੀਂ ਦੇਖੋਗੇ ਇੱਥੇ ਵਿਸ਼ ਲਿਖਿਆ ਹੋਇਆ, ਇਹ ਹੁਣ ਰਿਪਲੇਸ ਵਰਡ ਕਲਿੱਕ ਕਰਨ 'ਤੇ ਪ੍ਰੇ ਦੇ ਵਿੱਚ ਆਟੋਮੈਟਿਕਲੀ ਚੇਂਜ ਹੋ ਜਾਵੇਗਾ। ਇਸ ਤਰੀਕੇ ਨਾਲ ਅਗਰ ਟੈਕਸਟ ਦੇ ਵਿੱਚ ਜਿੱਦਾਂ ਆਈ ਵਰਡ ਹੈ ਉਹ 15 ਵਾਰੀ ਲਿਖਿਆ ਗਿਆ ਹੈ, ਅਗਰ ਤੁਸੀਂ ਆਈ ਨੂੰ ਫਾਈਂਡ ਵਾਟਰ 'ਚ ਲਿਖ ਕੇ ਰਿਪਲੇਸ ਵਿਦ ਵੀ ਨਾਲ ਕਰ ਦੋਗੇ ਤਾਂ ਉਸ ਤੋਂ ਬਾਅਦ ਅਗਰ ਤੁਸੀਂ ਰਿਪਲੇਸ ਆਲ ਆਪਸ਼ਨ 'ਤੇ ਕਲਿੱਕ ਕਰੋਗੇ ਤਾਂ ਸਾਰਾ ਦਾ ਸਾਰਾ ਆਈ ਹੈ ਜੋ ਵੀ ਆਪਸ਼ਨ ਦੇ ਵਿੱਚ ਬਦਲ ਜਾਏਗਾ। ਇਸ ਤਰੀਕੇ ਨਾਲ ਅਸੀਂ ਰਿਪਲੇਸ ਆਪਸ਼ਨ ਦਾ ਇਸਤੇਮਾਲ ਕਰਦੇ ਹਾਂ। ਨੈਕਸਟ ਸਾਡੇ ਕੋਲ ਜੋ ਆਪਸ਼ਨ ਹੈ ਉਹ ਹੈ ਸਿਲੈਕਟ ਆਲ। ਜਦੋਂ ਅਸੀਂ ਸਿਲੈਕਟ ਆਲ 'ਤੇ ਕਲਿੱਕ ਕਰਾਂਗੇ ਤਾਂ ਜਿੰਨਾ ਵੀ ਸਾਡਾ ਟੈਕਸਟ ਹੈ ਉਹ ਸਿਲੈਕਟ ਹੋ ਜਾਵੇਗਾ। ਨੈਕਸਟ ਅਸੀਂ ਤੁਹਾਨੂੰ ਦੱਸਣ ਲੱਗੇ ਹਾਂ ਵਿਊ ਮੈਨੂ ਬਾਰੇ। ਵਿਊ ਮੈਨੂ ਵਿੱਚ ਤੁਸੀਂ ਜ਼ੂਮ ਇਨ ਕਰੋਗੇ ਤਾਂ ਇਸ ਨਾਲ ਜੋ ਵਰਕਿੰਗ ਸ਼ੀਟ ਹੈ ਉਹ ਜ਼ੂਮ ਇਨ ਹੋ ਜਾਏਗੀ, ਯਾਨੀ ਕਿ ਟੈਕਸਟ ਤੁਹਾਡੇ ਕਲੋਜ਼ ਆ ਜਾਏਗਾ। ਅਗਰ ਤੁਸੀਂ ਜ਼ੂਮ ਆਊਟ ਕਰੋਗੇ ਤਾਂ ਇਸ ਨਾਲ ਵਰਕਿੰਗ ਸ਼ੀਟ ਹੈ ਉਹ ਜ਼ੂਮ ਆਊਟ ਹੋ ਜਾਏਗੀ। ਇਸ ਜ਼ੂਮ ਇਨ ਅਤੇ ਜ਼ੂਮ ਆਊਟ ਆਪਸ਼ਨ ਦਾ ਇਸਤੇਮਾਲ ਅਸੀਂ ਵਰਕਿੰਗ ਸ਼ੀਟ ਨੂੰ ਪੂਰਾ ਫੁੱਲ 'ਚ ਦੇਖਣ ਲਈ ਇਸਤੇਮਾਲ ਕਰਦੇ ਹਾਂ, ਅਤੇ ਜਾਂ ਉਸਨੂੰ ਕਲੋਜ਼ ਦੇਖਣ ਲਈ ਕਿਸੇ ਵਰਡ ਲਾਈਕ ਜ਼ੂਮ ਨੂੰ ਮੈਂ ਕਲਾਸ ਵਰਡ ਜਾਂ ਕਿਸੇ ਵਰਡ ਨੂੰ ਜ਼ਿਆਦਾ ਕਲੋਜ਼ਲੀ ਰੀਡ ਕਰਨਾ ਚਾਹੁੰਦਾ ਹਾਂ ਤਦ ਮੈਂ ਜ਼ੂਮ ਇਨ ਜ਼ੂਮ ਆਊਟ ਦਾ ਇਸਤੇਮਾਲ ਕਰਦੇ ਹਾਂ। ਨੈਕਸਟ ਸਾਡੇ ਕੋਲ 100% ਲਾਈਕ, ਬਿਲਕੁਲ ਐਕਚੁਅਲ ਪੋਜੀਸ਼ਨ ਦੇਣ ਲਈ ਅਸੀਂ 100% 'ਤੇ ਕਲਿੱਕ ਕਰਦੇ ਹਾਂ, ਜਿਸ ਨਾਲ ਵਰਕਿੰਗ ਸ਼ੀਟ ਬਿਲਕੁਲ ਐਕਚੁਅਲ ਪੋਜੀਸ਼ਨ ਦੇ ਵਿੱਚ ਆ ਜਾਂਦੀ ਹੈ। ਉਸ ਤੋਂ ਬਾਅਦ ਨੈਕਸਟ ਆਪਸ਼ਨ ਹੈ ਸਾਡੇ ਕੋਲ ਰੂਲਰ। ਰੂਲਰ ਜੋ ਤੁਸੀਂ ਇਸ ਜਗ੍ਹਾ ਦੇਖ ਰਹੇ ਹੋ ਇਸ ਨੂੰ ਅਸੀਂ ਰੂਲਰ ਕਹਿੰਦੇ ਹਾਂ। ਅਗਰ ਇਸ 'ਤੇ ਕਲਿੱਕ ਕਰਾਂਗੇ ਤਾਂ ਰੂਲਰ ਬਾਰ ਜੋ ਹੈ ਉਹ ਇੱਥੋਂ ਹਾਈਡ ਹੋ ਜਾਵੇਗਾ। ਅਗਰ ਦੁਬਾਰਾ ਅਸੀਂ ਰੂਲਰ ਬਾਰ 'ਤੇ ਕਲਿੱਕ ਕਰਾਂਗੇ ਤਾਂ ਦੁਬਾਰਾ ਤੋਂ ਰੂਲਰ ਬਾਰ ਆ ਜਾਏਗਾ। ਇਸ ਨੂੰ ਅਸੀਂ ਸਟੇਟਸ ਬਾਰ ਕਹਿੰਦੇ ਹਾਂ। ਅਗਰ ਅਸੀਂ ਸਟੇਟਸ ਬਾਰ ਤੋਂ ਕਲਿੱਕ ਹਟਾ ਦਾਂਗੇ ਤਾਂ ਸਟੇਟਸ ਬਾਰ ਹਾਈਡ ਹੋ ਜਾਏਗਾ। ਅਗਰ ਦੁਬਾਰਾ ਤੁਸੀਂ ਸਟੇਟਸ ਬਾਰ 'ਤੇ ਕਲਿੱਕ ਲਗਾ ਦਾਂਗੇ ਤਾਂ ਤੁਸੀਂ ਦੇਖਿਆ ਕਿ ਸਟੇਟਸ ਬਾਰ ਦੁਬਾਰਾ ਤੋਂ ਆ ਜਾਏਗਾ। ਨੈਕਸਟ ਸਾਡੇ ਕੋਲ ਆਪਸ਼ਨ ਹੈ ਵਰਡ ਰੈਪ। ਵਰਡ ਰੈਪ ਆਪਸ਼ਨ ਦਾ ਇਸਤੇਮਾਲ ਜਦੋਂ ਅਸੀਂ ਰੈਪ ਟੂ ਵਿੰਡੋ ਕਰਾਂਗੇ ਤਾਂ ਤੁਸੀਂ ਦੇਖਿਆ ਕਿ ਵਰਡ ਪੈਡ ਦੀ ਪੂਰੀ ਸ਼ੀਟ ਨੇ ਪੂਰੇ ਪੂਰੇ ਡੈਸਕਟੋਪ ਨੂੰ ਕਵਰ ਕਰ ਲਿਆ। ਅਗਰ ਅਸੀਂ ਰੈਪ ਟੂ ਰੂਲਰ ਕਰਾਂਗੇ ਤਾਂ ਰੂਲਰ ਦੇ ਅਕੋਰਡਿੰਗ
जो है वो वर्किंग शीट साडे सामने आ गई। उस तो बाद नेक्स्ट आ जाता है मेजरमेंट यूनिट्स। अगर तुसी जो रूलर है इसनू इंच दे विच वेखना है तो तुसी इंच दे विच ऑलरेडी सिलेक्ट है, जिस करके 1, 2, 3, 4, 5 इंच दे विच दिख रहा है। अगर इसनू सेंटीमीटर्स दे विच क्लिक करना है तो मेजरमेंट यूनिट्स नू सेंटीमीटर दे विच क्लिक कर लो। अगर तुसी पॉइंट्स दे विच देखना है तो पॉइंट्स दे विच देख सकते हो, पर ज़्यादातर जिन्ना भी मोस्ट ऑफ ऑफिस वर्किंग है वो इंच दे विच ही हुंदी है। सो ए सी साडा वर्ड पैड।